सत श्री अकाल जी सारयां नूं, स्वागत है जी तुहाडा अपने चैनल ते। अज दी वीडियो च तुहानूं दिखाउण लगे हां जी ट्रैक्टर, कहिंदे आ जी धरती तक ट्रैक्टर, बेलारूस। ते बेलारूस कित्थे आ जी तुहानूं दसदे आ, भेवे शहर च ही खड़ोते आ। दो बाईलार्स आ इहनां दे, बजुर्गों दी पुरानियां निशानियां सांभियां होईयां, ते एवें नहीं भी उन्हां नूं खराब कीता होया, बहुत ही ज़्यादा वधिया तरीके नाल रखे हुए ट्रैक्टर हैं, साफ सुथरे। तुसीं भी देख के कहोगे भी बहुत वधिया सांभे हुए ट्रैक्टर आ बंदियां ने। ते चलो जी तुहानूं लै के चलदे आ, दिखाउंदे आ बाईलार्स। लो जी आ गए घरे, उन्हां दे पहुँच गए हाँ। गेट खोल के मिलावांगे आपां, बंदियां नाल भी गलबात करांगे, उन्होंने ट्रैक्टर कितना तैयार किए, किवें कित्थों समान लिया ट्रैक्टरां दा। लो जी एक ट्रैक्टर सामने आ खलोता, तुसीं देख सकते हो। दूजा अंदर खलोता शैड च, वह भी दिखावांगे तुहानूं, बाकी पूरी जानकारी लवेंगे आप इन्हों। आ खड़ा जी धरती तक ट्रैक्टर, देख सकते हो तुसीं, बहुत ही ज़्यादा साफ कंडीशन च देख सकते हो। फुली रिस्टोर होए हुए ट्रैक्टर है, बहुत ही ओरिजिनल, कला कला पार्ट से ओरिजिनल लगा हुआ, देख सकते हो तुसीं। टायर भी इस दे बिल्कुल नवे पाए हुए ने। बाकी इनू कढ दे जी बाहर, स्टार्ट करन लगे हैं। मित्रों वीडियो स्किप ना करियो, पूरी देखियो। चैनल ते नवे हो तां चैनल नू सबसक्राइब कर लियो, बहुत ही वधिया वीडियोज़ लैके आवांगे तुहाडे लई नवीआं नवीआं। लो जी मित्रों आपां हुण चढ़न लगे जी इस ते, तुसीं देख सकते हो इसकी हाइट किन्नी ज़्यादा है। तो इहनूं इत्थों फड़न के चढ़न लई लाया होया कुंडा जिहा। लो जी आपां आ गए जी उत्ते, ते बैठ गए हैं जी ट्रैक्टर ते। देखो ट्रैक्टर दे उपर दा व्यू देखो तुसीं, एक बहुत ही ज़्यादा लंबाई लेंथ है ट्रैक्टर दी। देखो कली कली चीज़ ओरिजिनल लगी आ। लो जी लगे हैं जी स्टार्ट करन इहनूं। हो गया जी इह, इत्थों इहदा स्टार्टिंग स्विच आ। लो जी मित्रों ट्रैक्टर आपां स्टार्ट करके तुहाडे सामने बाहर कढ लिया जी, देख सकते हो तुसीं ट्रैक्टर की लुक, फुल लुक ट्रैक्टर की तुसीं देख सकते हो। आपां अपने चैनल ते पहला भी एक थोड़ी शॉर्ट इस नूं ओल्ड बाईलार्स इन न्यू लुक के नाँ ते वीडियो पाई सीगी, ये उही ट्रैक्टर ने, देख सकते हो तुसीं।
ਤੁਹਾਨੂੰ ਇੱਕ ਟਰੈਕਟਰ ਦਾ ਪੂਰਾ ਬੈਕਗ੍ਰਾਉਂਡ ਦੇ ਦਿੰਦੇ ਹਾਂ। ਬਹੁਤ ਹੀ ਜ਼ਿਆਦਾ ਉੱਚਾ ਟਰੈਕਟਰ ਇਹ, ਇਕੱਲੀ ਇਕੱਲੀ ਚੀਜ਼ ਇਹਦੇ ਓਰੀਜਨਲ ਲੱਗੀ ਹੋਈ ਹੈ, ਦੇਖ ਸਕਦੇ ਹੋ ਤੁਸੀਂ। ਇੰਜਨ 'ਤੇ ਵੀ ਬੈਜਿੰਗ, ਇਸ 'ਤੇ ਓਰੀਜਨਲ ਬੈਜਿੰਗ ਆ, ਮੇਡ ਇਨ USSR ਲਿਖਿਆ ਹੋਇਆ ਇਸ 'ਤੇ, ਤੁਸੀਂ ਦੇਖ ਸਕਦੇ ਹੋ। ਬਾਕੀ ਇੰਜਨ ਨੰਬਰ ਵਗੈਰਾ ਵੀ ਲਿਖਿਆ ਹੋਇਆ ਇਸ 'ਤੇ, ਡੀਜ਼ਲ ਪੰਪ 'ਤੇ ਵੀ ਸਾਰੀਆਂ ਬੈਜਿੰਗ ਹੋਈ ਹੋਈ ਹੈ, ਦੇਖ ਸਕਦੇ ਤੁਸੀਂ। ਇਕੱਲੀ ਇਕੱਲੀ ਚੀਜ਼ 'ਤੇ ਬੈਜਿੰਗ ਇਸ 'ਤੇ, ਬਿਲਕੁਲ ਓਰੀਜਨਲ ਟਰੈਕਟਰ ਇਹ ਬਾਈਲਾਰਸ। ਤੁਸੀਂ ਦੇਖ ਸਕਦੇ ਹੋ ਇਸਦੇ ਫਰੰਟ ਟਾਇਰ, ਫਰੰਟ ਟਾਇਰ ਇਸਦੇ 6/50/20 ਦੇ ਨੇ, ਦੇਖ ਸਕਦੇ ਤੁਸੀਂ। ਟਰੈਕ ਪ੍ਰੋ ਕੰਪਨੀ ਦੇ ਟਾਇਰ ਨੇ ਇਹ। ਬੈਕ ਟਾਇਰ ਦੀ ਗੱਲ ਕਰੀਏ, ਕਾਫੀ ਜ਼ਿਆਦਾ ਹਾਈਟ 'ਚ ਟਾਇਰ ਇਹ, ਅਲਾਇੰਸ ਕੰਪਨੀ ਦਾ ਟਾਇਰ ਆ ਇਹ। ਟਾਇਰ ਹੈ 13/6/38, ਦੇਖ ਸਕਦੇ ਹੋ ਤੁਸੀਂ। ਇਸ ਦੇ ਬੈਕ ਸਾਈਡ ਆ ਗਈ, ਬੈਕ ਸਾਈਡ 'ਤੇ ਵੀ ਸਾਰੀ ਬੈਜਿੰਗ ਹੋਈ ਹੋਈ ਹੈ ਇਸਦੇ, ਦੇਖ ਸਕਦੇ ਹੋ ਤੁਸੀਂ। ਟਰੈਕਟਰ ਦੇ ਰਿਲੇਟਡ ਜੋ ਜੋ ਕੰਪਨੀ ਵੱਲੋਂ ਆਉਂਦਾ ਸਾਰਾ ਕੁਛ ਇਸ 'ਤੇ ਹੈਗਾ, ਲਾਈਟਸ ਵਗੈਰਾ ਦੋਵੇਂ ਸਾਈਡਾਂ 'ਤੇ। ਇੱਕ ਬੋਟਲ ਵਗੈਰਾ ਵੀ ਆਉਂਦੀ ਇਸ 'ਤੇ ਓਰੀਜਨਲ। ਟਾਇਰਾਂ 'ਚ ਵੇਟ ਵੀ ਹੈਗਾ ਇਸ 'ਤੇ, ਮਿਲਾਉਣੇ ਆ ਜੀ ਤੁਹਾਨੂੰ ਟਰੈਕਟਰਾਂ ਦੇ ਓਨਰ ਨਾਲ। ਆਓ ਜੀ, ਹਰਮਨਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਭੈਣ ਦਾ ਸਾਡੇ ਘਰ ਉੱਤੇ। ਇਹ ਟਰੈਕਟਰ ਤੁਸੀਂ ਕਿੱਦਾਂ ਤਿਆਰ ਕੀਤਾ ਦੱਸੋਗੇ ਸਾਡੇ ਸਬਸਕ੍ਰਾਈਬਰ ਨੂੰ? ਅਸੀਂ ਇਹਦਾ ਸਮਾਨ ਇਕੱਠਾ ਕਰਕੇ ਫਿਰ ਇਹਨੂੰ ਅਸੀਂ ਫਿੱਟ ਕੀਤਾ, ਫਿਰ ਅਸੀਂ ਇਹਦਾ ਪੇਂਟ ਕਰਵਾਇਆ ਬਾਹਰੋਂ, ਅਤੇ ਇੱਦਾਂ ਅਸੀਂ ਹੌਲੀ ਹੌਲੀ ਕਰਕੇ ਇਹਨੂੰ ਤਿਆਰ ਕੀਤਾ 2-3 ਸਾਲਾਂ ਦੇ ਵਿੱਚ। ਠੀਕ। ਇਹ ਟਰੈਕਟਰ ਰਸ਼ੀਆ ਤੋਂ ਮਤਲਬ ਬਣੇ ਸੀਗੇ, ਕਿੱਦਾਂ ਕੀ ਸਿਸਟਮ ਹੈ? ਉਸ ਟਾਈਮ 'ਤੇ ਰਸ਼ੀਆ ਤੋਂ ਬਣ ਕੇ ਆਉਂਦੇ ਹੁੰਦੇ ਸੀਗੇ। ਠੀਕ। ਅਤੇ ਕੋਈ ਪੁਰਾਣਾ ਜਿੰਨਾ ਕੋਲ ਸਮਾਨ ਪਿਆ ਸੀਗਾ, ਹੁਣ ਤਾਂ ਨਵਾਂ ਮਿਲਦਾ ਹੀ ਨਹੀਂ ਇਹਦਾ। ਠੀਕ। ਚਲੋ ਸਾਨੂੰ ਜਾਣਕਾਰੀ ਦਿਓ ਟਰੈਕਟਰ ਬਾਰੇ, ਕੀ ਟਰੈਕਟਰ 'ਚ ਹੁੰਦਾ ਖਾਸੀਅਤ, ਜੋ ਵੀ ਇਸ 'ਚ ਲੱਗਾ ਖਾਸੀਅਤ? ਇਹਦਾ ਇੰਜਨ ਹੈ, ਇੰਜਨ ਇਹਦਾ ਬਹੁਤ ਹੈਵੀ ਅਤੇ ਪਾਵਰਫੁੱਲ। ਕਿੰਨੀ HP ਦਾ ਇੰਜਨ ਇਹਦਾ? 65 ਹੌਰਸ ਪਾਵਰ ਦਾ ਇੰਜਨ ਹੈ। ਠੀਕ ਹੈ ਜੀ। ਪਰ ਤਾਂ ਵੀ 65 ਤੋਂ ਜ਼ਿਆਦਾ ਹੀ ਇਹਦੀ ਹੌਰਸ ਪਾਵਰ ਮੰਨੀ ਜਾਂਦੀ ਹੈ। ਠੀਕ ਹੈ ਜੀ। ਅਤੇ ਬਾਕੀ ਡਬਲ ਬੈਟਰੀ ਨਾਲ ਸਟਾਰਟ ਹੁੰਦਾ ਹੈ। ਠੀਕ। ਅਤੇ ਪਾਵਰ ਸਟੇਅਰਿੰਗ ਨਾਲ ਇਹ ਕੀ ਲੱਗਾ ਹੋਇਆ ਇੱਥੇ, ਇਸ ਦੇ ਜਿਹੜਾ ਇਹ ਲੱਗਾ ਹੋਇਆ ਇਹ ਚੈੱਕ ਵਾਲਾ ਅੱਗੇ ਕਰਾਇਆ ਪਾਉਣ ਦਾ। ਠੀਕ। ਇਹ ਪਾਵਰ ਸਟੀਅਰਿੰਗ ਹੈ ਤਾਂ। ਅੱਛਾ, ਪਾਵਰ ਸਟੀਅਰਿੰਗ 'ਚ ਉਸੇ ਟਾਈਮ 'ਚ ਵੀ ਇਹ ਪਾਵਰ ਸਟੀਅਰਿੰਗ 'ਚ ਹੀ ਆਉਂਦਾ ਸੀ ਇਹ? ਹਾਂ। ਠੀਕ। ਇਹਦੀਆਂ ਓਰੀਜਨਲ ਲਾਈਟਾਂ ਨੇ। ਠੀਕ। ਮਿੱਤਰੋ ਇਹ ਡਬਲ ਬੈਟਰੀ ਨਾਲ ਸਟਾਰਟ ਹੁੰਦਾ, ਦੇਖ ਸਕਦੇ ਹੋ ਤੁਸੀਂ, 2 ਬੈਟਰੀਜ਼ ਲੱਗੀਆਂ ਨੇ ਇਸਦੇ। ਇਸ ਦਾ ਸਲਫ ਹੋ ਗਿਆ, ਅੰਦਰ ਰੇਡੀਏਟਰ ਹੋ ਗਿਆ ਇਸਦੇ। ਬਹੁਤ ਹੀ ਬਿੱਗ ਸਾਈਜ਼ ਹੈ ਇੰਜਨ ਇਸਦਾ। ਇਸ ਦੇ ਪਾਵਰ ਸਟੀਅਰਿੰਗ ਵਾਲਾ ਸਿਸਟਮ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ। ਸਟਾਰਟ ਕਰਕੇ ਦਿਖਾ ਦਿੰਦੇ ਹਾਂ। ਸਟਾਰਟਿੰਗ ਬਹੁਤ ਵਧੀਆ ਇਸ ਦੇ ਡਬਲ ਬੈਟਰੀ 'ਤੇ। ਤੁਹਾਨੂੰ ਸਟਾਰਟ ਕਰਕੇ ਦੁਬਾਰਾ ਫਿਰ ਦਿਖਾਉਣ ਲੱਗੇ ਹਾਂ ਜੀ। ਸਟਾਰਟ ਕੀਤਾ ਆਪਾਂ ਟਰੈਕਟਰ, ਹੁਣ ਦੇਖੋ ਇਸਦਾ ਪਾਵਰ ਸਟੀਅਰਿੰਗ ਹੈ, ਇੱਕ ਹੱਥ ਨਾਲ ਹੀ ਕਟਾਈ ਹੋ ਰਹੀ ਆ,
ਬਹੁਤ ਹੀ ਵਧੀਆ ਪਾਵਰ ਸਟੇਅਰਿੰਗ ਦਿੱਤਾ ਹੋਇਆ ਇਸਨੂੰ। ਇਹ ਉਸ ਟਾਈਮ 'ਚ ਵੀ ਪਾਵਰ ਸਟੇਅਰਿੰਗ ਆਉਂਦਾ ਸੀਗਾ। ਤੁਹਾਨੂੰ ਮੈਂ ਇਹਦਾ ਪਾਵਰ ਸਟੇਅਰਿੰਗ ਚਲਾ ਕੇ ਦਿਖਾਈ ਦਿੱਤਾ ਕਿੰਨਾ ਸਮੂਥਲੀ ਵਰਕ ਕਰਦਾ। ਅਤੇ ਆ ਜੋ ਪਿੱਛੇ ਦਿਖਾਉਂਦੇ ਹਾਂ ਇਹਦੀ ਡੀਜ਼ਲ ਦੀ ਟੈਂਕੀ। ਇਹਦਾ ਡੀਜ਼ਲ ਦਾ ਟੈਂਕ ਆ ਜੀ, ਪਿੱਛੇ ਸੀਟ ਥੱਲੇ ਦੇਖ ਸਕਦੇ ਹੋ ਜੀ ਤੁਸੀਂ। ਇਹਦਾ 100 ਲੀਟਰ ਦੀ ਕਪੈਸਿਟੀ ਹੈ ਇਹਦੇ ਡੀਜ਼ਲ ਟੈਂਕ ਦੀ। ਇਹ ਇਹ 'ਚ ਇਹਦਾ ਡੀਜ਼ਲ ਪੈਂਦਾ। ਇਹਦਾ ਉਹ ਦਿੱਤਾ ਹੋਇਆ ਹੈਪ ਲਿੰਕਰ ਤੇ ਇਸਦੀ ਹੁੱਕ ਹੋ ਗਈ ਟਰਾਲੀ ਵਗੈਰਾ ਪਾਉਣ ਲਈ। ਇਹਦੀ ਲਿਫਟ 3200 ਕੇਜੀ ਦੀ ਅਪ ਡਾਊਨ ਦੀ ਕਪੈਸਿਟੀ ਹੈ ਇਹਦੀ। ਜਿੱਦਾਂ ਮਰਜ਼ੀ ਲਿਫਟ ਨੂੰ ਵੀ ਚੈੱਕ ਦਿੱਤਾ ਹੋਇਆ, ਚੈੱਕ ਦੇਖ ਸਕਦੇ ਹੋ, ਚੈੱਕ ਦਿੱਤਾ ਹੋਇਆ ਲਿਫਟ ਵਾਸਤੇ। ਇਹਦੀਆਂ ਬ੍ਰੇਕਸ ਨੇ, ਆਹ ਡਰਮ ਲੈਦਰ ਵਾਲੀ ਬ੍ਰੇਕਸ ਹੈ ਇਹਦੀ ਇੱਕ। ਜੈਕ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਸੀ ਪਹਿਲਾਂ। ਇੱਥੇ ਮੀਟਰ ਦਿੱਤੇ ਹੋਏ ਨੇ, ਦਿਖਾਓ ਮੀਟਰ ਉੱਪਰ ਦੇਖਦੇ। ਚਲੋ ਜੀ ਮਗ ਲੈ ਲਓ। ਇਹ ਓਇਲ ਮੀਟਰ ਹੈ, ਇਹ ਬੈਟਰੀ ਐਮਪੀਅਰ ਮੀਟਰ ਹੈ, ਇਹ ਹੈਗਾ ਡੀਜ਼ਲ ਦੀ ਕਪੈਸਿਟੀ ਦੱਸਦਾ ਇਹ ਮੀਟਰ, ਅਤੇ ਆਹ ਟੈਂਪਰੇਚਰ ਮੀਟਰ ਹੈ। ਇਹਦੀਆਂ ਲਾਈਟਸ ਔਨ ਆਫ ਕਰਨ ਲਈ ਸਵਿਚਿਸ ਦਿੱਤੇ ਹੋਏ ਨੇ, ਇਹ ਸਰਵ ਸਟਾਰਟ ਕਰਨ ਲਈ, ਇੰਜਨ ਸਟਾਰਟ ਕਰਨ ਦੀ ਕੀ ਆ ਦੇਖ ਸਕਦੇ ਹੋ ਤੁਸੀਂ। ਇਹਦਾ ਗੇਅਰ ਹੈ, ਇਹਦੇ ਟੋਟਲ 5 ਗੇਅਰ ਹੈ ਅਤੇ 6ਵਾਂ ਗੇਅਰ ਬੈਕ ਗੇਅਰ ਮਿਲਾ, ਲੋ ਹਾਈ ਇੱਕ ਵਿੱਚ ਹੀ ਆ ਇਹਦੇ। ਇਹ ਲੀਵਰ ਕਸ ਕਿਹਦੇ ਵਾਸਤੇ ਆ? ਇਹ ਲਿਫਟ ਨੂੰ ਅਪ ਡਾਊਨ ਕਰਨ ਲਈ ਹੈ, ਪਹਿਲੇ ਵਾਲਾ ਲਿਫਟ ਅਪ ਡਾਊਨ ਕਰਨ ਲਈ ਹੁੰਦਾ। ਇਹ ਪਹਿਲੇ ਵਾਲਾ ਐਵੇਂ ਵਰਕ ਕਰਦਾ, ਉੱਤੇ ਚੱਕ ਕੇ ਰੱਖਣਾ ਪੈਂਦਾ ਅਤੇ ਥੱਲੇ ਵੀ, ਇਹ ਜਿਹੜਾ ਇਹ ਲੋਕ ਹੋ ਜਾਂਦਾ, ਜੇ ਉੱਤੇ ਕਰਾਂਗੇ ਤਾਂ ਲੋਕ ਹੋ ਜਾਏਗਾ ਅਤੇ ਆਹ ਵੀ ਲੋਕ ਹੋ ਜਾਂਦਾ ਇਹ ਟਰੋਲੀ ਵਾਸਤੇ ਆ। ਤੁਸੀਂ ਦੇਖ ਸਕਦੇ ਹੋ ਇਸਦਾ ਕਲੱਚ ਪੈਡਲ, ਇਹਦਾ ਕਲੱਚ, ਇੱਧਰ ਬ੍ਰੇਕ ਵਾਲੇ ਪੈਡਲ ਹੋ ਗਏ ਦੇਖ ਸਕਦੇ ਤੁਸੀਂ, ਬਹੁਤ ਹੀ ਜ਼ਿਆਦਾ ਸਮੂਥ ਨੇ ਪੈਡਲ। ਇੱਕ ਇਹ ਲੀਵਰ ਕਾਹਦੇ ਵਾਸਤੇ ਜੀ? ਕਿਹੜਾ? ਜਿਹੜਾ ਇਹ ਲੱਗਾ ਇਹ ਕਲੱਚ ਨੂੰ ਪੂਰਾ ਖੋਲਣ ਲਈ ਅਤੇ ਅੱਧਾ ਖੋਲਣ ਲਈ, ਮਤਲਬ ਡਬਲ ਕਲੱਚ ਕਰਨ ਲਈ। ਹਾਂ ਡਬਲ ਕਲੱਚ, ਠੀਕ। ਇੱਕ ਇਹਦੇ ਲੀਵਰ ਇਹ ਵੀ ਲੱਗਾ ਹੋਇਆ ਥੱਲੇ ਇਹ ਵਾਲਾ, ਇਹ ਜਦੋਂ ਟਰੈਕਟਰ ਖੁੱਭ ਜਾਂਦਾ ਕਿਤੇ ਅਤੇ ਇੱਕ ਹੀ ਟਾਇਰ ਘੁੰਮਦਾ ਅਤੇ ਦੋਨੋਂ ਟਾਇਰ ਘੁਮਾਉਣ ਵਾਸਤੇ ਆਏ। ਆਹ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੋਂ ਉੱਪਰ ਦਾ ਵਿਊ। ਇੱਕ ਇਹ ਕਾਹਦੇ ਵਾਸਤੇ ਆ? ਇਹ ਜਿਹੜੇ ਲਿਫਟ ਵਰਕ ਕਰਦੀ ਹੈ ਉਹਦੇ ਲਈ ਮਗ ਲੈਣ ਲਪਾਉਣ ਵਾਸਤੇ ਆਏ। ਠੀਕ ਹਾਂਜੀ ਦੋਸਤੋ, ਆਹ ਦਿੱਤਾ ਹੋਇਆ ਹੈ ਇਹ 'ਚ ਚੈੱਕ ਕਰਨ ਲਈ ਵੀ ਕਿੰਨਾ ਮਗ ਲੈ ਲਓ। ਇਹ ਗੇਜ ਆ, ਮਗ ਲੈ ਲਓ ਐਲ ਦੀ ਗੇਜ ਆ ਇਸਦੀ। ਸਟਾਰਟ ਕਰਕੇ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਟਰੈਕਟਰ, ਇਹ ਦੇਖ ਸਕਦੇ ਤੁਸੀਂ ਇਸਦਾ ਪੂਰਾ ਲੁੱਕ, ਫੁੱਲ ਟਰੈਕਟਰ ਆ ਸਕਦਾ ਇਸ 'ਚ ਦੇਖ ਸਕਦੇ ਤੁਸੀਂ। ਹਾਂਜੀ ਦੋਸਤੋ, ਤੁਹਾਨੂੰ ਆਪਾਂ ਪੂਰਾ ਬਾਈਲਾਰਸ ਦੇ ਟਰੈਕਟਰ ਬਾਰੇ ਦੱਸਿਆ, ਟਰੈਕਟਰ ਦੇ ਓਨਰ ਨਾਲ ਵੀ ਮਿਲਾਇਆ, ਅਤੇ ਹੋਰ ਬਾਕੀ ਦੱਸਿਓ ਕਮੈਂਟਾਂ 'ਚ ਟਰੈਕਟਰ ਕਿਵੇਂ ਦਾ ਲੱਗਿਆ। ਅਤੇ ਇੱਦਾਂ ਦੀਆਂ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਕਮੈਂਟਾਂ 'ਚ ਦੱਸਿਓ ਸਾਰਾ ਕੁਛ। ਮਿਲਾਂਗੇ ਤੁਹਾਡੇ ਨਾਲ ਇੱਕ ਹੋਰ ਐਵੇਂ ਦੀ ਨਵੀਂ ਵੀਡੀਓ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।